ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਰੇਲਵੇ ਲਾਈਨਾਂ ਨੂੰ ਜਾਮ ਕੀਤਾ ਗਿਆ ਸੀ ਅਤੇ ਕੇਂਦਰ ਸਰਕਾਰ ਤੋਂ ਕਿਸਾਨਾਂ ਦੀ ਇਹ ਮੰਗ ਸੀ ਕਿ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰੇ ਜਿਸ ਦੇ ਕਾਰਨ ਰੇਲਵੇ ਦੇ ਵੱਲੋਂ ਆਪਣੀਆਂ ਸਾਰੀਆਂ ਗੱਡੀਆਂ ਨੂੰ ਬੰਦ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਮਾਲ ਗੱਡੀਆਂ ਰਾਹੀਂ ਪੰਜਾਬ ਵਿੱਚ ਆਉਣ ਵਾਲਾ ਕੋਲਾ ਵੀ ਪੰਜਾਬ ਵਿੱਚ ਨਹੀਂ ਸੀ ਪਹੁੰਚ ਪਾ ਰਿਹਾ ਜਿਸ ਕਾਰਨ ਪੰਜਾਬ ਅੱਗੇ ਫਟਾ ਬਿਜਲੀ ਦਾ ਖਤਰਾ ਖੜਾ ਹੋ ਗਿਆ ਸੀ ਪਰ ਹੁਣ ਰੇਲਵੇ ਦੇ ਵੱਲੋਂ ਇਹਨਾਂ ਸਾਰੀਆਂ ਮਾਲ ਗੱਡੀਆਂ ਨੂੰ ਜਲਦੀ ਸ਼ੁਰੂ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਦੇ ਚਲਦਿਆਂ ਰੇਲਵੇ ਵਿਭਾਗ ਦੇ ਵੱਲੋਂ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਉਪਰਾਲੇ ਵਜੋਂ ਰੇਲਵੇ ਲਾਈਨਾਂ ਨੂੰ ਚੈੱਕ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਤਹਿਤ ਅੱਜ ਪਠਾਨਕੋਟ ਪੁਲਿਸ ਦੇ ਵੱਲੋਂ ਰੇਲਵੇ ਲਾਈਨਾਂ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਜੋ ਪਿਛਲੇ ਮਹੀਨੇ ਬੰਦ ਰਹੀਆਂ ਰੇਲਵੇ ਲਾਈਨਾਂ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ ਹੋਵੇ ਅਤੇ ਨਾ ਹੀ ਕੋਈ ਕਿਸਾਨ ਰੇਲਵੇ ਲਾਈਨਾਂ ਤੇ ਧਰਨਾ ਦੇ ਰਿਹਾ ਹੋਵੇ ਜਿਸ ਦੇ ਚਲਦਿਆਂ ਰੇਲਵੇ ਟਰੈਕ ਦੀ ਚੈਕਿੰਗ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਜਿਵੇਂ ਤੁਹਾਨੂੰ ਪਤਾ ਚੱਲਿਆ ਪਹਿਲਾਂ ਵੀ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਹਦੇ ਵਿੱਚ ਹੁਣ ਜਿਹੜੀਆਂ ਨਵੀਂ ਜਿਹੜੀ ਡਿਵੈਲਪਮੈਂਟ ਹੋਈ ਹੈ ਉਹਦੇ ਵਿੱਚ ਵੀ ਜਿਹੜੀਆਂ ਮਾਲ ਗੱਡੀਆਂ ਉਹਨੂੰ ਸ਼ੁਰੂ ਕਰਨ ਦੀ ਪ੍ਰਪੋਜ਼ਲ ਹੈਗੀ ਆ ਉਹਦੇ ਸੰਬੰਧ ਵਿੱਚ ਜਿਹੜਾ ਸਾਨੂੰ ਐਜ਼ ਪਰ ਇੰਸਟਰਕਸ਼ਨਸ ਜੋ ਸਾਨੂੰ ਆਈਆਂ ਨੇ ਕਿ ਤੁਸੀਂ ਆਪਣੇ ਆਪਣੇ ਏਰੀਆ ਦਾ ਟਰੈਕ ਚੈੱਕ ਕਰੋ ਉਹਦੇ ਵਿੱਚ ਕੋਈ ਕਿਸੇ ਨੇ ਤੋੜ ਫੋੜ ਨਾ ਕੀਤੀ ਹੋਵੇ ਜਾਂ ਕੋਈ ਸ਼ਰਾਰਤੀ ਅਨਸਰ ਕੋਈ ਤਰੀਕੇ ਕੋਈ ਧਰਨਾ ਲਾਉਣ ਦੀ ਕੋਸ਼ਿਸ਼ ਨਾ ਕਰੇ ਉਹਦੇ ਸੰਬੰਧ ਵਿੱਚ ਜਿਹੜਾ ਜਿਹੜੇ ਇੰਚਾਰਜ RPF ਜਿਹੜੇ ਇਸ ਥਾਣੇ ਦੇ ਰੇਲਵੇ ਕੈਂਟ ਸਟੇਸ਼ਨ ਦੇ ਜਿਹੜੇ ਇੰਚਾਰਜ ਹੈ ਨਿਤੇਸ਼ ਸਿਲਵੀ ਇੰਸਪੈਕਟਰ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਅਤੇ ਜਿਹੜੇ ਇੰਚਾਰਜ ਇੱਥੇ ਚੌਂਕੀ ਇੰਚਾਰਜ ਨੇ GRP ਦੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਜਿਹੜਾ ਟਰੈਕ ਚੈੱਕ ਕੀਤਾ ਸੋ ਆਲ ਇਜ਼ ਗੁੱਡ ਠੀਕ ਹੈ ਸਭ ਉਹ ਤਾਂ ਐਜ਼ ਪਰ ਜੋ ਨੋਰਮ ਹੈਗੇ ਜੋ ਜਿੱਦਾਂ ਸਾਡੀ ਪ੍ਰੈਕਟਿਸ ਹੈਗੀ ਹੈ ਜਾਂ ਜਿੱਦਾਂ ਸਾਡੀ ਡਿਊਟੀ ਹੈਗੀ ਹੈ ਉਹ ਅਸੀਂ ਕਰਨੀ ਹੈ ਜੇ ਲਾਅ ਐਂਡ ਆਰਡਰ ਪ੍ਰੋਬਲਮ ਆਉਂਦੀ ਹੈ ਉਸ ਹਿਸਾਬ ਨਾਲ ਉਹਨੂੰ ਟੈਕਲ ਕੀਤਾ ਜਾਏਗਾ ਥੈਂਕ ਯੂ ਪੰਜਾਬ ਉੱਪਰ ਬਿਜਲੀ ਦੇ ਬਣ ਰਹੇ ਸੰਭਾਵਿਤ ਖਤਰੇ ਦੇ ਚਲਦਿਆਂ ਇਹ ਇੱਕ ਚੰਗੀ ਖਬਰ ਵਜੋਂ ਮੰਨਿਆ ਜਾ ਰਿਹਾ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ TrueScoop